ਕਿਸਾਨਾਂ ਨੂੰ ਇਸ ਗੱਲ 'ਤੇ ਲਾਲਚ ਲਾਇਆ ਜਾ ਰਿਹਾ ਹੈ ਵੀ ਅਸੀਂ ਆਟਾ ਦਾਲ ਦਿੰਦੇ ਹਾਂ, ਅਸੀਂ ਕਣਕ ਦਿੰਦੇ ਹਾਂ, ਅਸੀਂ ਆਹ ਦਿੰਦੇ ਹਾਂ। ਇਹ ਕੋਟ ਸ਼ਮੀਰ ਦੇ ਲੋਕ ਹੈ ਇਕੱਲੇ ਦੇ, ਵੀ ਇਹਨਾਂ ਦਾ 1300 ਕਾਰਡ ਸੀ, ਇਸ ਵੇਲੇ 1000 ਕਾਰਡ ਇਹਨਾਂ ਦਾ ਘੱਟ ਦਿੱਤਾ। ਅਸੀਂ ਉਹਨਾਂ ਨੂੰ ਜਾ ਕੇ ਮਿਲੇ ਹੈ ਅਤੇ ਮਿਲਣ ਤੋਂ ਬਾਅਦ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ। ਆਹ ਕਣਕ ਦੇ ਜਿਹੜੇ ਕਾਰਡ ਕੱਟੇ ਹੋਏ ਆ, ਜਿੰਨਾ ਚਿਰ ਬਹਾਲ ਨਹੀਂ ਹੁੰਦੇ, ਇਹਨਾਂ ਨੂੰ ਚਾਲੂ ਨਹੀਂ ਕਰਦੇ, ਅਤੇ ਗਰੀਬ ਲੋਕਾਂ ਦੇ ਜਿਹੜੇ ਘਰਾਂ ਦੇ ਬਿਜਲੀ ਦੇ ਕਨੈਕਸ਼ਨ ਕੱਟੇ, ਉਹਨਾਂ ਨੂੰ ਜੋੜਦੇ ਨਹੀਂ, ਉਹਨਾਂ ਚਿਰ ਇਹ ਸੰਘਰਸ਼ ਜਿਹੜਾ ਇਸ ਵੇਲੇ ਇੱਕ ਪਿੰਡ ਦਾ, ਇਹ ਸਾਰੇ ਪੰਜਾਬ ਵਿੱਚ ਜਾ ਸਕਦਾ।